ਔਰ ਨਾਲ ਹੀ ਨਾਲ ਅੱਜ ਜਲਾਲਾਬਾਦ ਦੇ ਬਹੁਤ ਵੱਡੇ ਆਗੂ ਮੈਂ ਸਮਝਦਾ ਕਿ ਇੱਕ ਮੁਕੰਮਲ ਥੰਮ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਇਲੈਕਸ਼ਨ ਜ ਚੋ ਚੋਤੋਂ ਦੇ ਵਿੱਚ ਆਪ ਦਾ ਵੱਡਾ ਯੋਗਦਾਨ ਉਹ ਹਮੇਸ਼ਾ ਪਾਉਂਦੇ ਸੀ ਮੋਹਰੇ ਹੋ ਕੇ ਉਹ ਲੜਦੇ ਸਨ ਦੋ ਵਾਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੇਅਰਮੈਨ ਔਰ ਚੇਅਰਮੈਨ ਔਰ ਨਾਲ ਹੀ ਨਾਲ ਮਾਰਕ ਕਮੇਟੀ ਦੇ ਚੇਅਰਮੈਨ ਜਲਾਲਾਬਾਦ ਦੇ ਰਹੇ ਅੱਜ ਉਹਨਾਂ ਨੇ ਪਾਰਟੀ ਦਾ ਜੋਸ਼ਨ ਸਾਹਿਬ ਵੀ ਆਏ ਨੇ ਸਾਡੇ ਪ੍ਰਧਾਨ ਜੀ ਵੀ ਮਗਰ ਖੜੇ ਹੈ ਸੋ ਉਹਨਾਂ ਨੇ ਫੈਸਲਾ ਕੀਤਾ ਕਿ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਅੱਜ ਅਸੀਂ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਦਿੱਤੀ ਹੈ ਚੇਅਰਮੈਨ ਬਬਲਜੀਤ ਜੀ ਨੂੰ ਔਰ ਮੈਂ ਬਾਜਵਾ ਸਾਹਿਬ ਨੇ ਤੇ ਸਮੁੱਚੀ ਕਾਂਗਰਸ ਪਾਰਟੀ ਨੇ ਜੋਸ਼ਨ ਸਾਹਿਬ ਅਰਣੇ ਅੱਜ ਅਸੀਂ ਉਹਨਾਂ ਨੂੰ ਜੀ ਆਇਆਂ ਤੇ ਸਵਾਗਤ ਕੀਤਾ ਔਰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹਨਾਂ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਏਗਾ ਔਰ ਪਾਰਟੀ ਇਹਨਾਂ ਨੂੰ ਹਮੇਸ਼ਾ ਇਹਨਾਂ ਨੂੰ ਮਨ ਸਮਨ ਦੇਗੀ ਤੇ ਅੱਗੇ ਲੈ ਕੇ ਜਾਏਗੀ ਸੋ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਜਲਾਲਾਬਾਦ ਦੇ ਵਿੱਚ ਇੱਕ ਵੱਡਾ ਹੁਲਾਰਾ ਤੇ ਵੱਡਾ ਬਲ ਮਿਲੇਗਾ ਦੁਬਾਰਾ ਫੇਰ ਮੈਂ ਦਿਲ ਦੀਆਂ ਗ੍ਰਹਿਗੀਆਂ ਚੋਂ ਚੇਅਰਮੈਨ ਸਾਹਿਬ ਨੂੰ ਜੋਸ਼ਣ ਸਾਹਿਬ ਨੂੰ ਸਮੂਹ ਜਲਾਲਾਬਾਦ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅੱਜ ਦੀ ਇਸ ਜੁਆਇਨਿੰਗ ਦੀ ਵਧਾਈ ਦਿੰਦਾ ਅੱਜ ਇਹੋ ਨਾਲ ਲੈ ਕੇ ਅੱਜ ਮੀਟਿੰਗ ਕੀਤੀ ਗਈ ਕਦੋਂ ਤੱਕ ਕੈਂਡੀਡੇਟ ਅਨਾਉਂਸ ਹੋ ਜਾਣਾ ਮੇਰਾ ਖਿਆਲ ਤਕਰੀਬਨ 2-3 ਦਿਨਾਂ ਦੇ ਵਿੱਚ ਅਸੀਂ ਉਮੀਦਵਾਰ ਫਾਈਨਲ ਕਰ ਫਾਈਨਲਾਈਜ਼ ਕਰਕੇ ਕਿੰਨੇ ਚਾਰੋਂ ਸੀਟਾਂ ਤੇ ਆਏ ਸੀ ਚਾਰੋਂ ਸੀਟਾਂ ਤੇ ਕਿੰਨੇ ਕੈਂਡੀਡੇਟ ਆਏ ਸੀ ਦੇਖੋ ਅੱਡ ਅੱਡ ਕੈਂਡੀਡੇਟ ਆ ਹੁਣ ਗਿਣਤੀ ਨਹੀਂ ਹੈ 12 15 ਕੈਂਡੀਡੇਟ ਸੀਗੇ ਸਾਡੇ ਕੋਲੇ ਚੱਬੇਵਾਲ ਤੋਂ ਔਰ 7 8 ਕੈਂਡੀਡੇਟ ਸਾਡੇ ਬਰਨਾਲਾ ਤੋਂ ਹੈਗੇ ਨੇ ਗਿੱਦੜਬਾ ਤੋਂ 1 2 ਕੈਂਡੀਡੇਟ ਹੈਗੇ ਨੇ ਅਮ੍ਰਿਤਾ ਵਿਢਿੰਗ ਸੀ ਨਹੀਂ ਅਮ੍ਰਿਤਾ ਵਿਢਿੰਗ ਨਹੀਂ ਆਏ ਹੁਣ ਅਮ੍ਰਿਤਾ ਪ੍ਰਧਾਨ ਦੀ ਘਰ ਵਾਲੀ ਕੋਈ ਆਪਣੇ ਆਪ ਕੈਂਡੀਡੇਟ ਥੋੜੀ ਬਣ ਸਕਦੀ ਹੈ ਸੋ ਉਪ ਪ੍ਰਧਾਨ ਹੀ ਪ੍ਰਧਾਨ ਹੈ ਨਾ ਚੋਣ ਦਾ ਫੈਸਲਾ ਰਾਹੁਲ ਗਾਂਧੀ ਤੇ ਸ਼੍ਰੀ ਖਰਗੇ ਸਾਹਿਬ ਦਾ ਫੈਸਲਾ ਹੁੰਦਾ ਹੈ ਹਾਈ ਕਮਾਂਡ ਦਾ ਸੋ ਜੋ ਹੋਏਗਾ ਪਤਾ ਲੱਗ ਜੂਗਾ ਕਿ ਪੰਜਾਬ ਇਕਾਈ ਅਮਰਤਾ ਵੜਿੰਗ ਦਾ ਨਾਮ ਤੇ ਉਪਰ ਕਮਾਂਡ ਕਰਕੇ ਭੇਜੀ ਅਜੇ ਤੱਕ ਐਸੀ ਕੋਈ ਗੱਲ ਨਹੀਂ ਹੈ ਰეკਮੈਂਡ ਆਲੀ ਜਾਂ ਕਿਸੇ ਨੇ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ ਜੋ ਵੀ ਫੈਸਲਾ ਹੋਗਾ ਚਾਰੇ ਦੀਆਂ ਚਾਰੇ ਸੀਟਾਂ ਤੇ ਇਕੋ ਜਿਹਾ ਫੈਸਲਾ ਹੋਊਗਾ ਉਹ ਸਾਰੇ ਅੱਜ ਤੁਸੀਂ ਦੇਖਿਆ ਦੋਨੋਂ ਹਾਂਜੀ ਦੋਨੋਂ ਇੰਚਾਰਜ ਤਿੰਨੋਂ ਇੰਚਾਰਜ ਆਏ ਨੇ ਦੋ ਸਹਾਇਕ ਇੰਚਾਰਜ ਨੇ ਦਵਿੰਦਰ ਯਾਦਵ ਜੀ ਆਏ ਨੇ ਤੇ ਮੇਰਾ ਖਿਆਲ ਅੱਜ ਸਵੇਰ ਦੇ ਵਿੱਚ ਤੁਹਾਨੂੰ ਜਿਹੜੀਆਂ ਇਹ ਚਾਰੇ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰਾਂ ਬਲਟੋਹਾ ਹੋਰਾਂ ਦਾ ਤੁਸੀਂ ਸਾਰਾ ਇਨਸੀਡੈਂਟ ਦੇਖਿਆ ਮੈਂ ਬਲਟੋਹਾ ਦੇ ਮੁੱਦੇ ਤੇ ਬਿਲਕੁਲ ਇਹੋ ਜੇ ਵਿਵਾਦਿਕ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੇਰੀ ਪੂਰਨ ਹਮਦਰਦੀ ਜਿਹੜੀ ਗਿਆਨੀ ਜੀ ਦੇ ਨਾਲ ਹੈ ਸਾਡੇ ਬਹੁਤ ਵਾਰੀ ਮਤ ਪੇਦਵੀ ਰਹੇ ਬਹੁਤ ਵਾਰੀ ਜਦੋਂ ਅਸੀਂ ਉਹ ਕੋਈ ਕੋਈ ਗੱਲ ਕਹਿ ਦਿੰਦੇ ਸੀ ਔਰ ਇਤੇ ਅਸੀਂ ਮੋੜਮਾ ਜਵਾਬ ਦਿੰਦੇ ਸੀ ਅਕਾਲ ਤਖਤ ਦਾ ਅਸੀਂ ਸਨਮਾਨ ਕਰਦੇ ਹਾਂ ਲੇਕਿਨ ਕੁਝ ਲੋਕਾਂ ਨੇ ਪਹਿਲਾਂ ਅਕਾਲ ਤਖਤ ਤੇ ਕਬਜਾ ਕਰ ਰੱਖਦੇ ਸੀ ਲੇਕਿਨ ਜਿਸ ਪ੍ਰਕਾਰ ਦੀ ਇੱਕ ਮਰਿਆਦਾ ਤੋਂ ਗਿਰ ਕੇ ਬਲਟਵਾ ਸਾਹਿਬ ਨੇ ਜਿਹੜੇ ਇਸਤੇਮਾਲ ਕੀਤੇ ਸ਼ਬਦ ਗਿਆਨੀ ਜੀ ਦੇ ਬਾਰੇ ਮੈਉਰੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਇੱਕ ਸਿੱਖ ਦੂਜੇ ਸਿੱਖ ਦੀ ਔਰ ਜਿਹੜਾ ਉਸ ਗੱਦੀ ਤੇ ਬੈਠਾ ਵਿਆ ਜਿੰਨਾਂ ਚ ਕਰੋਸ ਅਹੁਦੇ ਤੇ ਬੈਠੇ ਹੋਏ ਨੇ ਉਹ ਤਖਤ ਸਾਹਿਬ ਦੇ ਆਗੂ ਨੇ ਪ੍ਰਧਾਨ ਨੇ ਔਰ ਜਥੇਦਾਰ ਰਹੇ ਨੇ ਉਹਨਾਂ ਬਾਰੇ ਇੰਨੀ ਗੰਦੀ ਸ਼ਬਦਾਵਲੀ ਔਰ ਉਹਨਾਂ ਦੀਆਂ ਬੱਚੀਆਂ ਪਰਿਵਾਰ ਘਰ ਵਾਲੀ ਬਾਰੇ ਐਸੀ ਸ਼ਬਦਾਵਲੀ ਵਰਤਣ ਵਾਲੇ ਜਿਹੜੇ ਲੋਕ ਹੈ ਈ ਮੈਨੂੰ ਲੱਗਦਾ ਅディਸ਼ ਜ਼ਮੀਰ ਦੇ ਅੰਦਰ ਜ਼ਰੂਰ ਚਾਕਨ ਮੈਂ ਉਹਨਾਂ ਨੂੰ ਵੀ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਆਪਣੇ ਆਪ ਨੂੰ ਸਿੱਖ ਕਿਹੜਾ ਹੈ ਗੁਰੂ ਦਾ ਸਿੱਖ ਹੋ ਹੈ ਜਿਹੜਾ ਹਰ ਇੱਕ ਦੀ ਧੀ ਭੈਣ ਮਾਂ ਦਾ ਸਨਮਾਨ ਕਰੇ ਗੁਰੂ ਦਾ ਸਿੱਖ ਹੋ ਹੈ ਜਿਹੜਾ ਆਪਣੇ ਸਾਥੀ ਸਿੱਖ ਦਾ ਸਨਮਾਨ ਕਰੇ ਭਾਵੇਂ ਦੂਸਰਾ ਬੰਦਾ ਤੂੰ ਦੀ ਇਨਸਲਟ ਕਰ ਦੇ ਇਹ ਆਪਣੇ ਨੂੰ ਸਿੱਖ ਘਾਉਣ ਵਾਲੇ ਕੌਮ ਦੇ ਵਾਰਿਸ ਘਾਉਣ ਵਾਲੇ ਤੇ ਇੰਨੀ ਮਾੜੀ ਸ਼ਬਦਾਵਲੀ ਵਰਤੀ ਹੈ ਮੈਂ ਸਮਝਦਾ ਕਿ ਬਲਟੂਆ ਸਾਹਿਬ ਨੂੰ ਯਾਨੀ ਹਰਪ੍ਰੀਤ ਜੀ ਤੋਂ ਨੰਗੇ ਪੈਰੀ ਜਾ ਕੇ ਹੱਥ ਜੋੜ ਕੇ ਮਾਫੀ ਮੰਗ ਲੈਣੇ। ਮੈਂ ਜੀ ਆਇਆਂ ਕਹਿਣਾ ਚਾਹਣਾ ਹੈ ਅੱਜ ਬਹੁਤ ਚੰਗਾ ਦਿਨ ਹੈ। ਦੋ ਲੋਕਾਂ ਨੇ ਅੱਜ ਜੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਪਹਿਲਾਂ ਤਾਂ ਸਾਬਕਾ ਐਮ.ਐਲ.ਏ. 모ਹੀ ਸਾਹਿਬ ਦੇ ਸੁਪੁੱਤਰ 모ਹੀ ਸਾਹਿਬ ਜਿਹੜੇ ਕਿ ਸਾਡੇ ਐਸ.ਸੀ. ਕਮਿਸ਼ਨ ਦੇ ਮੈਂਬਰ ਸਨ, ਉਹਨਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਹੈ, ਨੌਜਵਾਨ ਸਾਥੀ ਹੈ। ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ